Good morning, students. In this lecture, we discuss chapter number 13 Foreign Trade Policy. foreign trade policy frames rules and regulation for exports and imports of a country foreign trade policies ਦੇ ਵਿੱਚ ਕੰਟਰੀ ਦੇ exports ਤੇ imports ਦੇ ਨਾਲ ਰਿਲੇਟਡ ਰੂਲਸ ਤੇ ਰੈਗੂਲੇਸ਼ਨ ਬਣਾਏ ਜਾਂਦੇ ਆ ਇਸ ਪਾਲਿਸੀ ਨੂੰ export import ਪਾਲਿਸੀ اور ਕਮਰਸ਼ੀਅਲ ਪਾਲਿਸੀ ਵੀ ਕਿਹਾ ਜਾਂਦਾ ਹੈ foreign trade policy government ਨੂੰ policies ਤੇ strategies provide ਕਰਦੀਆਂ टू एक्सपोर्ट्स ਨੂੰ ਪ੍ਰਮੋਟ ਕਰਨ ਦੇ ਲਈ ਐਂਡ ਉਹਨਾਂ ਦੇ ਇੰਪੋਰਟਸ ਨੂੰ ਰੈਗੂਲੇਟ ਕਰਨ ਦੇ ਲਈ ਏ ਐਕਸਪੋਰਟ ਇੰਪੋਰਟ ਪਾਲਿਸੀ ਅ ਕੰਟਰੀ ਦੇ ਐਕਸਪੋਰਟਸ ਤੇ ਇੰਪੋਰਟਸ ਨੂੰ ਰੈਗੂਲੇਟ ਕਰਦੀ ਆ ਐਕਸਪੋਰਟ ਰੈਫਰਸ ਟੂ ਸੇਲਿੰਗ ਗੁੱਡਸ ਐਂਡ ਸਰਵਿਸਿਜ਼ ਟੂ ਅਦਰ ਕੰਟਰੀਜ਼ ਜਦੋਂ ਇੱਕ ਕੰਟਰੀ ਲਾਈਕ ਇੰਡੀਆ ਆਪਣੇ ਗੁੱਡਸ ਨੂੰ ਦੂਸਰੀ ਕੰਟਰੀਜ਼ ਨੂੰ ਸੇਲ ਕਰਦੀ ਆ ਉਸ ਨੂੰ ਐਕਸਪੋਰਟ ਕਿਹਾ ਜਾਂਦਾ ਹੈ on the other hand import means buying goods and services from other countries ਜਦੋਂ ਅਸੀਂ ਦੂਸਰੀ ਕੰਟਰੀਸ ਤੋਂ ਗੁੱਡਸ ਨੂੰ ਬਾਏ ਕਰਦੇ ਹਾਂ ਪਰਚੇਸ ਕਰਦੇ ਹਾਂ ਉਸ ਨੂੰ ਇੰਪੋਰਟ ਕਿਹਾ ਜਾਂਦਾ ਹੈ ਨਾ ਹੁਣ ਗਲੋਬਲਾਈਜੇਸ਼ਨ ਦੇ ਟਾਈਮ ਦੇ ਵਿੱਚ ਜਿਹੜੀ ਕੋਈ ਵੀ ਇਕਨੋਮੀ ਆ ਕੋਈ ਵੀ ਇਕਨੋਮੀ ਜਿਹੜੀ ਆ ਹਰ ਇੱਕ ਕੰਟਰੀ ਦੇ ਨਾਲ ਵੋਲਡ ਟ੍ਰੇਡ ਕਰਦੀ ਆ ਠੀਕ ਆ ਫੋਰਨ ਟ੍ਰੇਡ ਕਰਦੀ ਆ ਕੋਈ ਵੀ ਇਸ ਤੋਂ ਕੱਟ ਆਫ ਨਹੀਂ ਰਹਿ ਸਕਦਾ ਠੀਕ ਆ ਐਂਡ ਐਕਸਪੋਰਟ ਤੇ ਇੰਪੋਰਟ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਬਹੁਤ ਹੀ ਸਿਗਨੀਫੀਕੈਂਟ ਰੋਲ ਪਲੇ ਕਰਦੀ ਆ ਚਾਹੀਓ ਡਿਵੈਲਪਡ ਕੰਟਰੀ ਆ ਚਾਹੀਓ ਡਿਵੈਲਪਿੰਗ ਇਕਨੋਮੀਆਂ ਆ ਹੁਣ ਬਹੁਤ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਲਾਈਕ ਡਬਲਯੂਟੀਓ ਡਬਲਯੂਟੀਓ ਆਈਐਮਐਫ ਸਾ ਸਾ ਏਸ਼ੀਅਨ ਸਾ ਯੂਰੋਪੀਅਨ ਯੂਨੀਅਨ ਆ ਇਹਨਾਂ ਦੇ ਡਵੈਲਪਮੈਂਟ ਹੋਣ ਦੇ ਨਾਲ ਜਿਹੜਾ ਵਰਲਡ ਟ੍ਰੇਡ ਆ ਉਹ ਵੀ ਬਹੁਤ ਤੇਜ਼ੀ ਨਾਲ ਗਰੋਅ ਕਰ ਲਿਆ ਆ ਇਸ ਲਈ ਵਾ ਐਕਸਪੋਰਟਸ ਨੂੰ ਡਿਜ਼ਾਇਰ ਡਾਇਰੈਕਸ਼ਨ ਦੇ ਵੱਲ ਰੈਗੂਲੇਟ ਕਰਨ ਦੇ ਲਈ ਇੰਪੋਰਟਸ ਤੇ ਐਕਸਪੋਰਟ ਨੂੰ ਇਸ ਲਈ ਗਵਰਨਮੈਂਟ ਲਈ ਐਸੈਂਸ਼ੀਅਲ ਹੋ ਜਾਂਦਾ ਆ ਕਿ ਐਕਸਪੋਰਟਸ ਤੇ ਇੰਪੋਰਟਸ ਦੇ ਲਈ ਰੂਲਸ ਤੇ ਰੈਗੂਲੇਸ਼ਨ ਬਣਾਉਣ ਅ ਡਿਵੈਲਪਿੰਗ ਕੰਟਰੀਜ਼ ਲਾਈਕ ਇੰਡੀਆ ਇੰਡੀਆ ਕੈਪੀਟਲ ਗੁੱਡਸ ਮਾਡਰਨ ਟੈਕਨੋਲੋਜੀ ਤੇ ਅਦਰ ਅਸੈਂਸ਼ੀਅਲ ਆਈਟਮਸ ਨੂੰ ਇੰਪੋਰਟਸ ਕਰਦਾ ਆ ਤੇ ਇਨਾ ਅਸੈਂਸ਼ੀਅਲ ਇੰਪੋਰਟਸ ਦੀ ਪੇਮੈਂਟ ਕਰਨ ਦੇ ਲਈ ਗਵਰਨਮੈਂਟ ਨੂੰ ਆਪਣੇ ਜਿਹੜੇ ਐਕਸਪੋਰਟਸ ਆ ਉਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਆ ਤਾਂ ਜੋ ਜਿਹੜਾ ਐਕਸਪੋਰਟਸ ਤੇ ਇੰਪੋਰਟਸ ਦੇ ਵਿੱਚ ਜਿਹੜਾ ਬੈਲੈਂਸ ਆ ਉਹ ਮੇਨਟੇਨ ਰਹਿ ਸਕੇ ਅਗਰ ਇੰਪੋਰਟਸ ਜ਼ਿਆਦਾ ਹੋਣਗੇ ਐਕਸਪੋਰਟਸ ਦੇ ਨਾਲੋਂ then ਜਿਹੜਾ ਫੋਰਨ ਡੈਪਟ ਰਾਈਜ਼ ਕਰ ਜਾਏਗਾ जड़ा कि इंडिया के लिए वीया नहीं होएगा एंड फॉर बूसटिंग एक्सपोर्ट्स गवर्नमेंट में करना चाहिए वेरीयस इनसेंटिवस देने चाहिए एक्सपोर्टर्स न जो वो एक्सपोर्ट्स प्रमोशन स्कीम्स नडोप्ट कर गवर्नमेंट ऑफ इंडिया यूजड वेरीअस रेस्ट्रिकशन ऑन इम्पोर्ट इन द फॉर्म ऑफ इम्पोर्ट लाइसेंस इम्पोर्ट कोटास इम्पोर्ट ड्यूटीज एंड इन सम केस इवन बैनिंग बैन इम्पोर्ट्स ऑफ सम स्पैसीफिक ਗੁੱਡਸ ਗਵਰਨਮੈਂਟ ਆਫ ਇੰਡੀਆ ਨੇ ਇੰਪੋਰਟਸ ਨੂੰ ਘਟ ਕਰਨ ਦੇ ਲਈ ਬਹੁਤ ਸਾਰੇ ਰੈਸਟ੍ਰਿਕਸ਼ਨਸ ਐਪਲੀਕੇਬਲ ਕੀਤੀਆਂ ਹਨ ਲਾਈਕ ਇੰਪੋਰਟ ਸਿਸਟਮ ਲਾਇਸੈਂਸ ਹੋ ਗਿਆ ਇੰਪੋਰਟ ਕੋਟਾ ਇੰਪੋਰਟ ਡਿਊਟੀਆਂ ਤੇ ਇੱਥੋਂ ਤੱਕ ਕਿ ਕੁਝ ਸਪੈਸੀਫਿਕ ਗੁੱਡਸ ਨੂੰ ਬੈਨ ਕੀਤਾ ਉਹਨਾਂ ਦੇ ਇੰਪੋਰਟਸ ਨੂੰ ਇੰਪੋਰਟ ਲਾਇਸੈਂਸ ਹੁੰਦਾ ਹੈ ਕਿ ਅਗਰ ਕੋਈ ਪਰਸਨ ਫੋਰਨ ਕੰਟਰੀ ਤੋਂ ਕਿਸੇ ਗੁੱਡਸ ਦਾ ਇੰਪੋਰਟ ਕਰਨਾ ਚਾਹੁੰਦਾ ਹੈ ਤੁਸ ਨੂੰ ਗਵਰਨਮੈਂਟ ਤੋਂ ਪਹਿਲਾਂ ਲਾਇਸੈਂਸ ਲੈਣਾ ਪਏਗਾ ਦੈਨ ਹੀ ਉਸ ਗੁੱਡਸ ਦਾ ਇੰਪੋਰਟ ਕਰ ਸਕਦਾ ਹੈ ਅ ਇمپੋਰਟ ਕੋਟਾ ਮੀਨਸ ਕਿ ਗਵਰਨਮੈਂਟ ਇੱਕ ਲਿਮਿਟ ਫਿਕਸ ਕਰ ਦਿੰਦੀ ਆ ਕਿਸੇ ਗੁੱਡ ਦੀ ਕਿੰਨੀ ਕੁਆਂਟੀਟੀ ਨੂੰ ਤੁਸੀਂ ਇمپੋਰਟ ਕਰ ਸਕਦੇ ਆ ਉਸ ਨੂੰ ਕੀ ਕਿਹਾ ਜਾਂਦਾ ਇੱਕ ਸਪੈਸਿਫਿਕ ਪੀਰੀਅਡ ਦੇ ਵਿੱਚ ਕਿਸੇ ਗੁੱਡ ਦੀ ਕਿੰਨੀ ਕੁਆਂਟੀਟੀ ਨੂੰ ਇمپੋਰਟ ਕਰਨਾ ਸੋਰੀ ਇمپੋਰਟ ਕਰਨਾ ਉਸ ਨੂੰ ਕੀ ਇمپੋਰਟ ਕੋਟਾ ਕਿਹਾ ਜਾਂਦਾ ਆ ਕਿ ਕੋਟਾ ਫਿਕਸ ਕਰ ਦਿੱਤਾ ਜਾਂਦਾ ਗੁੱਡ ਦਾ ਕਿ ਉਨਾ ਹੀ ਇمپੋਰਟ ਕੀਤਾ ਜਾ ਸਕਦਾ on the other hand import duty refers to custom duty ਇਟ ਇਜ਼ ਲਾਈਕ ਅ ਟੈਕਸ ਇਟ ਟੈਕਸ ਦੀ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਇੰਪੋਰਟਰਸ ਨੂੰ ਪੇ ਕਰਨਾ ਪੈਂਦਾ ਐਟ ਦਾ ਟਾਈਮ ਆਫ ਇੰਪੋਰਟਸ ਆਫ ਗੁੱਡਸ ਜਦੋਂ ਗੁੱਡਸ ਨੂੰ ਇੰਪੋਰਟ ਕਰਦਾ ਉਸ ਟਾਈਮ ਇੰਪੋਰਟਰਸ ਨੂੰ ਪੇ ਕਰਨਾ ਪੈਂਦਾ ਇੱਕ ਟੈਕਸ ਉਸ ਨੂੰ ਕਸਟਮ ਡਿਊਟੀ ਕਿਹਾ ਜਾਂਦਾ ਇਸ ਦੇ ਨਾਲ ਕੀ ਹੁੰਦੀ ਹੈ ਜਿਹੜੀਆਂ ਇੰਪੋਰਟ ਜਿਹੜੀਆਂ ਗੁੱਡਸ ਇੰਪੋਰਟ ਕੀਤੀਆਂ ਜਾਂਦੀਆਂ ਉਹਨਾਂ ਦੀ ਪ੍ਰਾਈਸਸ ਵਧ ਜਾਂਦੀਆਂ ਜਿਹੜਾ ਇੰਪੋਰਟਸ ਦੇ ਉੱਪਰ ਰੈਸਟ੍ਰਿਕਸ਼ਨਸ ਆ ਮੇਨ ਪਰਪਸ ਕੀ ਆ ਕਿ ਜਿਹੜਾ ਅਨਨੈਸੈਸਰੀ ਇੰਪੋਰਟਸ ਆ ਉਸ ਨੂੰ ਕੱਟ ਕੀਤਾ ਜਾ ਸਕੇ on the other hand ਜਿਹੜਾ ਗਵਰਨਮੈਂਟ ਜਿਹੜੀ ਕੈਪੀਟਲ ਗੁੱਡਸ ਆ ਟੈਕਨੋਲੋਜੀ ਰੌ ਮਟੀਰੀਅਲ ਐਂਡ ਐਸੈਂਸ਼ੀਅਲ ਗੁੱਡਸ ਆ ਜਿਹੜਾ ਇੰਪੋਰਟ ਕੀਤਾ ਜਾਂਦਾ ਆ ਉਹਨਾਂ ਤੇ ਗਵਰਨਮੈਂਟ ਕੰਸੈਸ਼ਨ ਵੀ ਦਿੰਦੀ ਆ ਔਨ ਦਾ ਐਕਸਪੋਰਟ ਸਾਈਡ ਇਸ ਲਈ ਗਵਰਨਮੈਂਟ ਨੇ ਵੇਰੀਅਸ ਐਕਸਪੋਰਟ ਪ੍ਰੋਮੋਸ਼ਨ ਸਕੀਮਸ ਨੂੰ ਲਾਂਚ ਕੀਤਾ ਆ ਲਾਈਕ ਰਿਲੈਕਸਿੰਗ ਐਕਸਪੋਰਟ ਕੰਟਰੋਲਸ ਰਿਡਿਊਸਿੰਗ ਐਕਸਪੋਰਟ ਡਿਊਟੀਆਂ ਪ੍ਰੋਵਾਈਡਿੰਗ ਇਨਸੈਂਟਿਵਸ ਟੂ ਐਕਸਪੋਰਟਰਸ ਇਨ ਦਾ ਈਅਰ 1952 ਐਂਡ 53 ਦੇ ਵਿੱਚ ਗਵਰਨਮੈਂਟ ਨੇ ਲਿਬਰਲ ਇੰਪੋਰਟ ਪਾਲਿਸੀ ਤੇ ਲਿਬਰਲ ਐਕਸਪੋਰਟ ਪਾਲਿਸੀ ਨੂੰ ਅਡਾਪਟ ਕੀਤਾ ਬਟ ਸੂਨ ਕੀ ਗਵਰਨਮੈਂਟ ਨੇ ਰਿਅਲਾਈਜ਼ ਕੀਤਾ ਕਿ ਜਿਹੜੀ ਲਿਬਰਲ ਇੰਪੋਰਟ ਪਾਲਿਸੀ ਆ ਉਹ ਪਲੈਂਟ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਹੈਲਪਫੁਲ ਨਹੀਂ ਹੈ ਇਸ ਲਈ 1956 ਐਂਡ 57 ਦੇ ਵਿੱਚ ਗਵਰਨਮੈਂਟ ਨੇ ਇੰਪੋਰਟ ਪਾਲਿਸੀ ਦੇ ਉੱਪਰ ਰੈਸਟ੍ਰਿਕਸ਼ਨ ਲਗਾ ਦਿੱਤੀ ਐਂਡ ਉਸ ਦੀ ਜਗ੍ਹਾ ਇੱਕ ਰੈਸਟ੍ਰਿਕਟਿਵ ਇੰਪੋਰਟ ਪਾਲਿਸੀ ਨੂੰ ਅਡਾਪਟ ਕੀਤਾ ਐਂਡ ਜਿਸ ਦਾ ਰੀਜ਼ਨ ਕੀ ਸੀ ਕਿ ਜਿਹੜੇ ਅਨਸੈਸਰੀ ਇੰਪੋਰਟ ਸੀ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ 1975 ਤੋਂ 76 ਦੇ ਵਿੱਚ ਗਵਰਨਮੈਂਟ ਨੇ ਇੱਕ ਲਿਬਰਲਾਈਜ਼ ਇੰਪੋਰਟ ਪਾਲਿਸੀ ਅਡਾਪਟ ਕੀਤੀ ਫॉर ਐਕਸਪੋਰਟ ਓਰੀਐਂਟਡ ਯੂਨਿਟਸ ਗਵਰਨਮੈਂਟ ਲਿਬਰਲਾਈਜ਼ਡ ਇੰਪੋਰਟ ਆਫ ਰੋ ਮਟੀਰੀਅਲ ਕੈਪੀਟਲ ਗੁੱਡਸ ਟੈਕਨੋਲੋਜੀ ਫॉर ਐਕਸਪੋਰਟ ਓਰੀਐਂਟਡ ਯੂਨਿਟਸ ਇਨ ਦਾ ਈਅਰ 1985 ਦੇ ਵਿੱਚ ਫਸਟ ਟਾਈਮ ਜੁਆਇੰਟ ਐਕਸਪੋਰਟ ਇੰਪੋਰਟ ਪਾਲਿਸੀ ਨੂੰ ਇੰਟਰੋਡਿਊਸ ਕੀਤਾ ਗਿਆ ਉਹ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਜ਼ਿਆਦਾਤਰ ਸੈਪਰੇਟ ਪਾਲਿਸਿਜ਼ ਬਣਾਉਂਦੀ ਸੀ ਇੰਪੋਰਟਸ ਦੇ ਲਈ ਸੈਪਰੇਟ ਪਾਲਿਸੀ ਬਣਾਈ ਜਾਂਦੀ ਸੀ ਐਂਡ ਐਕਸਪੋਰਟਸ ਦੇ ਲਈ ਸੈਪਰੇਟ ਪਾਲਿਸੀ ਆਫਟਰ ਥੈਟ ਵੇਰੀਅਸ ਐਕਸਪੋਰਟ ਇੰਪੋਰਟ ਪਾਲਿਸੀ ਵਰ ਇੰਟਰਡਿਊਸ ਇਸ ਪਾਲਿਸਿਜ਼ ਦੇ ਵਿੱਚ ਗਵਰਨਮੈਂਟ ਨੇ ਇੰਪੋਰਟ ਆਈਟਮਸ ਦੀ ਲਿਸਟ ਨੂੰ ਐਕਸਪੈਂਡ ਕਰ ਦਿੱਤਾ ਅੰਡਰ ਓਪਨ ਜਰਨਲ ਲਾਇਸੈਂਸ OGL ਲਿਸਟ ਰੈਫਰਸ ਟੂ ਕਿ ਜਿਹੜੀਆਂ ਆਈਟਮਸ ਨੂੰ ਫ੍ਰੀਲੀ ਇੰਪੋਰਟ ਕੀਤਾ ਜਾ ਸਕਦਾ ਸੀ ਬਿਨਾ ਲਾਇਸੈਂਸ ਦੇ ਐਂਡ ਗਵਰਨਮੈਂਟ ਪ੍ਰਮੋਟ ਇੰਪੋਰਟ ਆਫ ਰੌ ਮੈਟੀਰੀਅਲ ਟੈਕਨੋਲੋਜੀ ਕੈਪੀਟਲ ਗੁੱਡਸ ਇਸ ਲਈ ਗਵਰਨਮੈਂਟ ਨੇ ਐਕਸਪੋਰਟਰਸ ਨੂੰ ਬਹੁਤ ਸਾਰੇ ਕੰਸੈਸ਼ਨਸ ਵੀ ਦਿੱਤੇ ਤਾਂ ਜੋ ਉਹ ਆਪਣੇ ਐਕਸਪੋਰਟਸ ਨੂੰ ਪ੍ਰਮੋਟ ਕਰ ਸਕਣ ਯੂਨੀਅਨ ਕਮਰਸ ਐਂਡ ਇੰਡਸਟਰੀ ਮਿਨਿਸਟਰੀ ਮਿਨਿਸਟਰ ਆਫ THEN ਯੂਨਾਈਟਿਡ ਪ੍ਰੋਗਰੈਸ ਪ੍ਰੋਗਰੈਸਿਵ ਐਲੀਅੰਸ ਗਵਰਨਮੈਂਟ ਸਰਦਾਰ ਅਨੰਦ ਸ਼ਰਮਾ ਅਨਾਉਂਸਡ ਫੋਰਨ ਟ੍ਰੇਡ ਪਾਲਿਸੀ 2009 ਐਂਡ 14 ਔਨ ਅਗਸਟ 27 2009 ਉਸ ਤੋਂ ਬਾਅਦ ਜਿਹੜੀ ਨਿਊ ਫੋਰਨ ਟ੍ਰੇਡ ਪਾਲਿਸੀ ਨੂੰ 2015 ਤੇ 20 ਦੀ ਜਿਹੜੀ ਬਣਾਈ ਗਈ ਸੀ ਉਸ ਨੂੰ ਅਨਾਉਂਸ ਅਨਾਉਂਸਡ ਕੀਤਾ ਸੀ ਐਨਡੀਆ ਗਵਰਨਮੈਂਟ ਸ਼੍ਰੀਮਤੀ ਜਿਹੜੀ ਮਿਨਿਸਟਰ ਸੀ ਸ਼੍ਰੀਮਤੀ ਨਿਰਮਲਾ ਸੀਤਾ ਨਿਰਮਲਾ ਸੀਤਾ ਰਾਮਨ ਨੇ 1st April 2015 ਦੇ ਵਿੱਚ ਨੈਕਸਟ ਇਜ਼ ਐਕਸਪੋਰਟ ਇੰਪੋਰਟ ਪਾਲਿਸੀ 2009 ਤੋਂ ਲੈ ਕੇ ਜਿਹੜੀ 14 ਤੱਕ ਬਣਾਈ ਗਈ ਸੀ ਦ ਫੋਰਨ ਟ੍ਰੇਡ ਪਾਲਿਸੀ 2009 ਟੂ 14 ਵਾਸ ਅਨਾਉਂਸਡ ਔਨ 27 ਅਗਸਟ 2009 ਇਸ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਸੀਗੀ 27 ਅਗਸਤ 2009 ਤੋਂ 31 ਮਾਰਚ 2009 2014 ਤੱਕ ਜਦੋਂ ਇਹ ਪਾਲਿਸੀ ਅਨਾਉਂਸਡ ਕੀਤੀ ਗਈ ਸੀ ਚੈਲੈਂਜਿੰਗ ਟਾਈਮ ਦੇ ਵਿੱਚ ਅਨਾਉਂਸਡ ਕੀਤੀ ਗਈ ਜਦੋਂ ਜਿਹੜਾ ਪੂਰਾ ਐਂਟਾਇਰ ਵਰਡ ਸੀ ਉਹ ਗਲੋਬਲ ਰੀਸੈਸ਼ਨ ਤੋਂ ਗਲੋਬਲ ਰੀਸੈਸ਼ਨ ਨੂੰ ਫੇਸ ਕਰ ਰਿਹਾ ਸੀ ਵਰ্ল্ড ਦੇ ਵਿੱਚ অলমোਸਟ ਸਾਰੇ ਜਿਹੜੇ ਨੇਸ਼ਨ ਸੀ ਉਹ ਬਹੁਤ ਜ਼ਿਆਦਾ ਗਲੋਬਲਾਈਜੇਸ਼ਨ ਦੇ ਨਾਲ ਅਫੈਕਟਡ ਸੀ ਲਾਈਕ ਇੰਡਸਟਰੀਅਲ ਪ੍ਰੋਡਕਸ਼ਨ ਘਟ ਸੀ ਫੋਰਨ ਟ੍ਰੇਡ ਫੋਰਨ ਕੈਪੀਟਲ ਇਨਫਲੋ এমਪਲੋਇਮੈਂਟ ਐਵਨਿਊ ਇਹ ਸਾਰੇ ਜਿਹੜੇ ਇੰਡੀਕੇਟਰ ਸੀ ਉਸ ਟਾਈਮ ਬਹੁਤ ਅਫੈਕਟਡ ਸੀ ਗਲੋਬਲ ਰੈਸੈਸ਼ਨ ਦੇ ਨਾਲ ਇੰਡੀਆ ਟੂ ਵਾਸ ਬੈਡਲੀ ਅਫੈਕਟਡ ਇਨ ਟਰਮ ਆਫ ਐਕਸਪੋਰਟਸ ਡਿਊ ਟੂ ਕੰਟ੍ਰੈਕਸ਼ਨ ਆਫ ਡਿਮਾਂਡ ਇਨ ਡਿਵੈਲਪਿੰਗ ਕੰਟਰੀਜ਼ ਕਿ ਇੰਡੀਆ ਦਾ ਜਿਹੜਾ ਐਕਸਪੋਰਟਸ ਵੀ ਬਹੁਤ ਜ਼ਿਆਦਾ ਗਲੋਬਲ ਰੈਸੈਸ਼ਨ ਦੇ ਕਾਰਨ ਅਫੈਕਟ ਹੋਇਆ ਕਿਉਂਕਿ ਜਿਹੜੀ ਦੇ ਵਿੱਚ ਇਸ ਫੋਰਨ ਟ੍ਰੇਡ ਪਾਲਿਸੀ ਦਾ ਜਿਹੜਾ ਸ਼ਾਰਟ ਟਰਮ ਆਬਜੈਕਟਿਵ ਸੀ ਕਿ ਜਿਹੜਾ ਐਕਸਪੋਰਟਸ ਵਿੱਚ ਡਿਕਲਾਈਨਿੰਗ ਆਈ ਆ ਉਸ ਨੂੰ ਹੌਲੀ ਹੌਲੀ ਘਟਕਾਣਾ ਉਸ ਨੂੰ ਮਤਲਬ ਕਿ ਐਕਸਪੋਰਟਸ ਨੂੰ ਹੌਲੀ ਹੌਲੀ ਇਨਕਰੀਸ ਕਰਨਾ ਹੋਰ ਜਾਰਾ ਐਂਡ ਜਿਹੜੀ ਐਡੀਸ਼ਨਲ ਸਪੋਰਟਸ ਪ੍ਰੋਵਾਈਡ ਕਰਨਾ ਉਹਨਾਂ ਸੈਕਟਰਸ ਨੂੰ ਜਿਹੜੇ ਕਿ ਇਕਨੋਮਿਕ ਰੀਸੈਸ਼ਨ ਦੇ ਕਾਰਨ ਬੈਡਲੀ ਅਫੈਕਟ ਹੋਏ ਸੀ this policy provided various incentive for export oriented units and laid special emphasis on exports of agriculture sector handicraft handlooms gems and jewelry leather goods marine sector sports goods service sector etc is karke government ne apne jehdi exports nu ਇਨਕਰੀਸ ਕਰਨ ਤੇ ਲਈ ਇਸ ਪਾਲਿਸੀਸ ਦੇ ਵਿੱਚ ਵੇਰੀਅਸ ਇਨਸੈਂਟਿਵਸ ਦਿੱਤੇ ਜਾਂਦੇ ਸੀ ਐਕਸਪੋਰਟਰਸ ਨੂੰ ਤਾਂਕਿ ਤਾਂ ਜੋ ਜਿਆਦਾ ਤੋਂ ਜਿਆਦਾ ਐਕਸਪੋਰਟ ਕਰ ਸਕਣ ਗੁੱਡਸ ਤਾਂ ਇਸ ਤੋਂ ਇਲਾਵਾ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਇੰਪਰੂਵਮੈਂਟ ਕੀਤੀ ਗਈ ਰਿਲੇਟਡ ਟੂ ਐਕਸਪੋਰਟਸ ਤਾਂ ਜੋ ਐਕਸਪੋਰਟਸ ਨੂੰ ਪ੍ਰੋਮੋਟ ਕੀਤਾ ਜਾ ਸਕੇ ਨੈਕਸਟ ਇਸ ਆਬਜੈਕਟਿਵਸ ਆਫ ਫੋਰਨ ਟ੍ਰੇਡ ਪਾਲਿਸੀ ਜਿਹੜਾ ਫਰਸਟ ਮੇਨ ਆਬਜੈਕਟਿਵਸ ਕੀ ਸੀ ਟੂ ਅਰੈਸਟ ਐਂਡ ਰਿਵਰਸ ਦਾ ਡੈਕਲਾਈਨਿੰਗ ਟ੍ਰੈਂਡਸ ਆਫ ਐਕਸਪੋਰਟਸ ਕਿ ਜਿਹੜੇ ਐਕਸਪੋਰਟਸ ਵਿੱਚ ਕਮੀ ਆ ਰਹੀ ਸੀ ਘਟਦੇ ਜਾ ਰਹੇ ਸੀ ਐਕਸਪੋਰਟਸ ਉਹਨਾਂ ਨੂੰ ਇਨਕਰੀਸ ਕਰਨਾ ਸੀ ਇਸ ਤੋਂ ਇਲਾਵਾ ਜਿਹੜੇ ਐਡੀਸ਼ਨਲ ਸਪੋਰਟਸ ਪ੍ਰੋਵਾਈਡ ਕਰਨਾ ਸੀ ਉਹਨਾਂ ਸੈਕਟਰਸ ਨੂੰ ਜਿਹੜੇ ਕਿ ਗਲੋਬਲ ਰੈਸੈਸ਼ਨ ਦੇ ਨਾਲ ਬੈਡਲੀ ਇਫੈਕਟ ਹੋਈ ਸੀ 2009 ते 10 ਤੇ 2010 ते 11 ਦੇ ਵਿੱਚ ਜਿਹੜੀ ਐਨੂਅਲ ਐਕਸਪੋਰਟ ਗਰੋਥ ਰੇਟ ਅਚੀਵ ਕੀਤੀ ਸੀ ਉਹ 15% ਸੀ ਐਂਡ ਟਾਰਗੇਟ ਰੱਖਿਆ ਗਿਆ ਕਿ ਨੈਕਸਟ 3 ਇਅਰ ਦੇ ਵਿੱਚ ਜਿਹੜੀ ਰਿਮੇਨਿੰਗ 3 ਦੇ ਦੇ ਵਿੱਚ ਜਿਹੜੀ ਇਹ ਗਰੋਥ ਰੇਟ 25% ਨੂੰ ਅਚੀਵ ਕਰਨਾ ਐਂਡ ਉਸ ਤੋਂ ਇਲਾਵਾ ਜਿਹੜੇ ਐਕਸਪੋਰਟਸ ਆਫ ਗੁੱਡਸ ਨੂੰ ਉਸ ਨੂੰ ਡਬਲ ਕਰਨਾ ਐਂਡ ਬਾਈ 31st ਮਾਰਚ 2014 ਤੱਕ ਫੋਰਨ ਟ੍ਰੇਡ ਟੂ ਯੂਜ਼ ਫੋਰਨ ਟ੍ਰੇਡ ਐਜ਼ ਐਨ ਇਨਸਟਰੂਮੈਂਟ ਆਫ ਇਕਨੋਮਿਕ ਗਰੋਥ ਇਕਨੋਮਿਕ ਗਰੋਥ ਦੇ ਲਈ ਫੋਰਨ ਟ੍ਰੇਡ ਨੂੰ ਦੇ ਇਨਸਟਰੂਮੈਂਟ ਯੂਜ਼ ਕਰਨਾ ਮੋਰ এমਪਲॉयਮੈਂਟ ਓਪਰਚ्युनिटी ਨੂੰ ਜਨਰੇਟ ਕਰਨਾ ਬਾਏ ਫੋਕਸ ਬਾਏ ਫੋਕਸਿੰਗ ਔਨ এমਪਲॉयਮੈਂਟ ਓਰੀਐਂਟਡ ਸੈਕਟਰਸ ਲਾਈਕ ਐਗਰੀਕਲਚਰ ਹੈਂਡੀਕਰਾਫਟ ਤੇ ਹੈਂਡਲੂਮਸ ਤੇ ਲੈਦਰ ਵਾਲੇ ਸੈਕਟਰਸ ਤੇ ਜ਼ਿਆਦਾ ਧਿਆਨ ਦੇ ਕੇ ਚਾਰ ਐਮਪਲॉयਮੈਂਟ ਓਪਰਚ्युनिटी ਨੂੰ ਕ੍ਰੀਏਟ ਕਰਨਾ ਇਸ ਤੋਂ ਇਲਾਵਾ ਫੋਰਨ ਟ੍ਰੇਡ ਸੈਕਟਰ ਦੇ ਵਿੱਚ ਟਰਸਟ ਸੈਟ ਮੋਡਸਫੇਅਰ ਕ੍ਰੀਏਟ ਕਰਨਾ ਤੇ ਜਿਹੜੇ ਕੰਟਰੋਲਸ ਆ ਉਸ ਨੂੰ ਇਲੀਮੀਨੇਟਸ ਕਰਨਾ ਉਸ ਤੋਂ ਪ੍ਰੋਸੀਜਰ ਫਾਰਮਸ ਐਂਡ ਡਾਕੂਮੈਂਟਸ ਔਫ ਫੋਰਨ ਟ੍ਰੇਡ ਦਾ ਜਿਹੜਾ ਅ ਪ੍ਰੋਸੀਜਰਸ ਯੂ ਸਭ ਨੂੰ ਸਿੰਪਲੀਫਾਈਡ ਕਰਨਾ ਟੈਕਨੋਲੋਜੀਕਲ ਐਂਡ ਇਨਫਰਾਸਟ੍ਰਕਚਰ ਅਪਗ੍ਰੇਡ ਅਪਗ੍ਰੇਸ਼ਨ ਨੂੰ ਇਕਨੋਮੀ ਦੇ ਹਰ ਇੱਕ ਸੈਕਟਰ ਦੇ ਵਿੱਚ ਪ੍ਰਮੋਟ ਕਰਨਾ ਐਂਡ ਟੂ ਸੈਟ ਅਪ टाਉਨਸ ਆਫ ਐਕਸਪੋਰਟ ਐਕਸੀਲੈਂਸ ਇਨ ਦਾ ਕੰਟਰੀ